ਚਿੱਟੇ ਚਾਨਣ ਵਾਂਗੂ ਆ ਨਾ ਦੁਨੀਆ ਦੇ। ਹੁਣ ਕਿਹਨੂੰ ਚੁਣਿਆ ਫਿਰ ਲੋਕਾਂ ਨੇ? ਬਲਟੋਆ ਸਾਹਿਬ ਨੂੰ ਚੁਣਿਆ ਹੈ ਕਿ ਅੰਮ੍ਰਿਤਪਾਲ ਸਿੰਘ ਨੂੰ ਚੁਣਿਆ ਲੋਕਾਂ ਨੇ? ਇਹਨਾਂ ਨੂੰ ਕਿਹਾ ਹੁਣ 15 ਦਿਨ ਰੱਖ ਕੇ ਵਿਖਾਉਣ ਅੰਦਰ, ਪਹਿਲਾਂ ਛੱਡਣਾ ਪਊ। ਅੱਛਾ, ਹਾਂ ਲੈ ਕੇ ਆਵਾਂਗੇ, 15 ਦਿਨਾਂ ਤੋਂ ਪਹਿਲਾਂ ਛੱਡਣਾ ਮੈਂ ਲਾਓ, ਛੱਡਣਾ ਪਊ ਫਿਰ। ਉਹ ਤਾਂ ਹੋਰ ਕੀ ਕਸੂਰ ਕੀਤਾ ਉਹਨੇ? ਇੱਕ 307 ਦਾ ਪਰਚਾ ਜਿਹਾ ਹੀ ਆ, ਮੇਰੇ 'ਤੇ ਤਾਂ 20 ਪਰਚੇ। ਵਿਰਸਾ ਸਿੰਘ ਬਲਟੋਆ ਕਹਿੰਦੇ ਮੇਰਾ ਬੜਾ ਤਜਰਬਾ, ਕਹਿੰਦੇ NSA ਤਾਂ ਕੋਈ ਸਜ਼ਾ ਹੀ ਨਹੀਂ ਹੈਗੀ, ਕਹਿੰਦੇ NSA ਤਾਂ ਮੁੱਕ ਜਾਣੀ ਸੀ, ਕਹਿੰਦੇ ਵੈਸੇ ਹੀ ਕਹਿੰਦੇ ਅੰਮ੍ਰਿਤਪਾਲ ਸਿੰਘ ਨੂੰ ਖੜਾ। ਵਿਰਸਾ ਸਿੰਘ ਬਲਟੋਆ ਨੂੰ ਸੀਟ ਨਹੀਂ ਸੀ ਲੈਣੀ ਚਾਹੀਦੀ, ਜੇ ਲੈ ਲਈ ਤਾਂ ਛੱਡ ਦੇਣੀ ਚਾਹੀਦੀ ਸੀ। ਉਹ ਕਹਿੰਦੀ ਤੁਹਾਡਾ ਪਰਿਵਾਰ ਕੁਰਬਾਨੀ ਵਾਲਾ ਕੁਰਬਾਨੀ ਕਰ ਦਿਓ, ਮੈਂ ਆਪਦੀ ਸੀਟ ਜਿਹੜੀ ਸੀ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਮੈਂ ਛੱਡੀ, ਜਿੱਤੀ ਸੀਟ ਅਤੇ ਉਹਨੂੰ ਜੇਲ੍ਹ 'ਚੋਂ ਕਢਾਇਆ ਸੀ। ਵਿਰਸਾ ਸਿੰਘ ਬਲਟੋਆ ਨੇ ਤੁਹਾਡੇ ਮਿੱਤਰ ਵੀ ਰਹੇ ਨੇ, ਹੁਣ ਵੀ ਮਿੱਤਰ ਹੋਣਗੇ ਤੁਹਾਡੇ? ਅਸੀਂ ਜੋਧਪੁਰ ਜੇਲ੍ਹ 'ਚ ਵੀ ਇਕੱਠੇ ਰਹੇ ਹਾਂ। ਭਾਈ ਅੰਮ੍ਰਿਤਪਾਲ ਸਿੰਘ ਦੀ ਸਪੋਰਟ ਦੇ ਵਿੱਚ ਤੁਸੀਂ ਅਕਾਲੀ ਦਲ ਛੱਡਿਆ, ਜਾਂ ਛੱਡਣ ਦਾ ਕਾਰਨ ਕੀ ਹੋਇਆ ਸੀ? 13 'ਚੋਂ 2 ਛੱਡਦੀ ਅਤੇ 11 ਰਹਿ ਜਾਣੀਆਂ, ਤੁਹਾਡੀਆਂ 11 'ਤੇ ਅਸਰ ਪੈ ਜੂਗਾ, ਤੁਸੀਂ ਤੁਹਾਡੀ ਵੀ ਕੋਈ ਹੋਰ ਸੀਟ ਨਿਕਲ ਆਊਗੀ ਇਸ ਲਹਿਰ ਕਰਕੇ, ਲੇਕਿਨ ਮੇਰੇ ਆਖੇ ਨਿਕਲ। ਸਤਿ ਸ਼੍ਰੀ ਅਕਾਲ ਪ੍ਰੋ ਪੰਜਾਬ TV 'ਤੇ ਤੁਹਾਡਾ ਸਵਾਗਤ ਹੈ, ਮੈਂ ਹਾਂ ਰਾਜਵੀਰ ਸਿੰਘ। ਤਾਂ ਭਾਈ ਅੰਮ੍ਰਿਤਪਾਲ ਸਿੰਘ ਜਿੱਤ ਚੁੱਕੇ ਨੇ, ਖਡੂਰ ਸਾਹਿਬ ਵਾਲਿਆਂ ਨੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਆਪਣਾ MP ਚੁਣ ਲਿਆ। ਸਾਡੇ ਨਾਲ ਨੇ ਭਾਈ ਮਨਜੀਤ ਸਿੰਘ, ਜਿਨ੍ਹਾਂ ਨੇ ਪਿਛਲੇ ਦਿਨੀ ਅਕਾਲੀ ਦਲ ਛੱਡਿਆ। ਭਾਈ ਅੰਮ੍ਰਿਤਪਾਲ ਸਿੰਘ ਦੀ ਸਪੋਰਟ ਦੇ ਵਿੱਚ ਤੁਸੀਂ ਅਕਾਲੀ ਦਲ ਛੱਡਿਆ, ਜਾਂ ਛੱਡਣ ਦਾ ਕਾਰਨ ਕੀ ਹੋਇਆ ਸੀਗਾ? ਅੱਜ ਜਿੱਤ ਹੋਈ ਆ ਭਾਈ ਅੰਮ੍ਰਿਤਪਾਲ ਸਿੰਘ ਦੀ? ਪਹਿਲਾਂ ਮੈਂ ਆਪਣਾ ਬੇਟਾ ਕਵਰ ਚੜ੍ਹ ਸਿੰਘ ਸਲਾਹ ਕਰਕੇ 1 ਮਹੀਨਾ ਪਹਿਲਾਂ ਮੈਂ ਉਹਦੇ ਮਾਂ ਬਾਪ ਨੂੰ ਸੱਦਿਆ ਸੀ ਅਤੇ ਮੈਂ ਇਹਨੂੰ ਪਹਿਲਾਂ ਤੋਰਤਾ ਸੀ। ਮੇਰੇ ਲੇਟ ਆਉਣ ਦਾ ਕਾਰਨ ਮੇਰੇ ਦਿਲ 'ਚ ਇਹ ਵੀ ਮੈਂ 2 ਸੀਟਾਂ ਛਡਾਉਣ 'ਚ ਕਾਮਯਾਬ ਹੋ ਜੂੰਗਾ, ਇੱਕ ਭਾਈ ਅੰਮ੍ਰਿਤਪਾਲ ਵਾਲੀ ਅਤੇ ਇੱਕ ਫਰੀਦਕੋਟ ਵਾਲੀ। ਉਹ ਮੈਨੂੰ ਲਾਰਾ ਲਾਈ ਗਏ। ਜਦੋਂ ਉਹਨਾਂ ਨੇ ਮੈਂ ਹਿਸਾਬ ਲਾ ਲਿਆ ਵੀ ਮੈਨੂੰ ਧੋਖੇ 'ਚ ਰੱਖਣ ਡਿਆ ਅਤੇ ਮੈਂ ਛੱਡ ਕੇ ਅਤੇ ਛਾਲ ਮਾਰ ਕੇ ਅਤੇ ਮੈਂ ਪੰਥਕ ਬੇੜੇ ਜਾਣ ਚੜ੍ਹਿਆ। ਇੰਨੀ ਗੱਲ ਹੀ, ਹੋਰ ਕੋਈ ਗੱਲ ਨਹੀਂ, ਸਿਰਫ ਇੰਨੀ ਗੱਲ ਹੀ ਵੀ 2 ਸੀਟਾਂ ਮੇਰੇ ਦਿਲ 'ਚ ਇਹ ਮੈਂ ਛਡਾਊਂਗਾ। ਪਰ ਨਹੀਂ, ਮੇਰੇ ਆਖਿਆ ਛੱਡੀਆਂ ਉਹਨਾਂ ਨੇ, ਅਤੇ ਜੇ ਨਹੀਂ ਛੱਡੀਆਂ ਤਾਂ ਮੈਂ ਉਹਨਾਂ ਨੂੰ ਛੱਡਤਾ। ਅੱਛਾ, ਤੁਹਾਡੇ ਤੁਸੀਂ ਕਿਹਾ ਸੀਗਾ ਵੀ ਇਹ 2 ਸੀਟਾਂ ਨੇ ਜਿਹੜੀਆਂ ਅਕਾਲੀ ਦਲ ਛੱਡੇ, ਇਹਨਾਂ ਦੇ ਬਰਾਬਰ ਆਪਣੇ ਕੈਂਡੀਡੇਟ ਨਾ ਉਤਾਰੇ? ਮੈਂ ਆਖਿਆ ਸੀ ਵੀ 13 'ਚੋਂ 2 ਛੱਡਦੀ ਅਤੇ 11 ਰਹਿ ਜਾਣੀਆਂ, ਤੁਹਾਡੀਆਂ 11 'ਤੇ ਅਸਰ ਪੈ ਜੂਗਾ, ਤੁਸੀਂ ਤੁਹਾਡੀ ਵੀ ਕੋਈ ਹੋਰ ਸੀਟ ਨਿਕਲ ਆਊਗੀ ਇਸ ਲਹਿਰ ਕਰਕੇ, ਲੇਕਿਨ ਮੇਰੇ ਆਖੇ ਨਿਕਲ। ਮੇਰਾ ਨਹੀਂ ਲੱਗਾ ਕੋਈ ਆਖੇ, ਅਤੇ ਫਿਰ ਮੈਂ ਨਹੀਂ ਲੱਗਾ ਅਤੇ ਮੈਂ ਛੱਡਤਾ। ਤਾਂ ਭਾਈ ਸਾਹਿਬ ਕਿਸ ਤਰੀਕੇ ਨਾਲ ਦੇਖਦੇ ਹੋ ਵਿਰੋਧੀ ਨੇੜ? ਵਿਰਸਾ ਸਿੰਘ ਬਲਟੋਆ ਨੇ ਤੁਹਾਡੇ ਮਿੱਤਰ ਵੀ ਰਹੇ ਨੇ, ਹੁਣ ਵੀ ਮਿੱਤਰ ਹੋਣਗੇ ਤੁਹਾਡੇ? ਅਸੀਂ ਜੋਧਪੁਰ ਜੇਲ੍ਹ 'ਚ ਵੀ ਇਕੱਠੇ ਰਹੇ ਹਾਂ ਅਤੇ ਬੜੇ ਲੰਬੇ ਟਾਈਮ ਤੋਂ ਮੈਂ ਸਮਝਦਾ ਜੀ ਉਹਦੇ ਅੰਦਰ ਪੰਥ ਕੋ ਬਚਿਆ ਹੁੰਦਾ ਨਾ, ਸੰਤ ਜਰਨੈਲ ਸਿੰਘ ਜੀ ਦੇ ਟਾਈਮ ਦਾ ਜਾਂ ਭਾਈ ਅਮਰੀਕ ਸਿੰਘ ਦੇ ਟਾਈਮ ਦਾ, ਅਤੇ ਉਹਨੂੰ ਲੜਨਾ ਨਹੀਂ ਸੀ ਚਾਹੀਦਾ, ਕਿਉਂਕਿ ਮੈਨੂੰ ਵੀ ਸੀਟ ਦਿੰਦੇ, ਮੈਂ ਮੰਗ ਕੀਤੀ ਸੀ ਨਾ, ਜਿੱਧਰ ਅੰਮ੍ਰਿਤਪਾਲ ਸਿੰਘ ਦਾ ਨਾਂ ਆ ਗਿਆ ਮੈਂ ਵਿਦਡਰਾ ਕਰ ਲਿਆ ਸੀ ਆਪਣੇ ਆਪ, ਕਿਉਂਕਿ ਮੈਂ ਤਾਂ ਮਾਨ ਸਾਹਿਬ ਨੂੰ 1999 'ਚ ਛੱਡੀ ਸੀ। 1999 ਦੇ ਵਿੱਚ ਜਿਹੜੀ ਇੱਥੋਂ ਮਾਨ ਸਾਹਿਬ ਜਿੱਤੇ ਸੀ ਨਾ, ਉਹਨਾਂ ਨੂੰ ਮੈਂ ਆਪਣੀ ਸੀਟ ਛੱਡੀ ਸੀ। ਤੁਸੀਂ ਉਸ ਵੇਲੇ ਛੱਡੀ ਸੀਗੀ ਆਪਣੀ ਸੀਟ? ਮੈਂ ਦੱਸਦਾ, ਮੈਂ ਉਦੋਂ ਸਾਰੀਆਂ ਸੀਟਾਂ ਮੈਂ ਵੰਡੀਆਂ, ਮੈਂ 99 'ਚ ਜੇਲ੍ਹ 'ਚ ਹੋਇਆ ਸੀ ਅਤੇ ਉਹਨਾਂ ਨੂੰ ਪਟਿਆਲੇ ਤੋਂ ਸੀਟ ਦਿੱਤੀ ਸਰਦਾਰ ਮਾਨ ਨੂੰ। ਉਹਨਾਂ ਦੀ ਸਿਸਟਰ ਮੇਰੇ ਕੋਲ ਆ ਗਏ, ਬੀਬੀ ਦਲਜੀਤ ਕੌਰ, ਮੈਨੂੰ ਅਜੇ ਵੀ ਯਾਦ ਆ, ਟਾਈਮ ਬੜਾ ਹੋ ਗਿਆ। ਉਹ ਆਣ ਕੇ ਕਹਿਣ ਲੱਗੇ ਭਾਈ ਸਾਹਿਬ ਉੱਥੋਂ ਨਹੀਂ ਸਾਨੂੰ ਵੋਟ ਪਾਉਣੀ ਕਿਸੇ ਨੇ। ਮੈਂ ਆਖਿਆ ਭੈਣੇ ਆਹ ਤਾਂ ਸੀਟ ਫਿਰ ਮੈਂ ਲੜਨੀ ਸੀ। ਉਹ ਕਹਿੰਦੀ ਤੁਹਾਡਾ ਪਰਿਵਾਰ ਕੁਰਬਾਨੀ ਵਾਲਾ ਕੁਰਬਾਨੀ ਕਰ ਦਿਓ, ਮੈਂ ਆਪਦੀ ਸੀਟ ਜਿਹੜੀ ਸੀ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਮੈਂ ਛੱਡੀ, ਜਿੱਤੀ ਸੀਟ ਅਤੇ ਉਹਨੂੰ ਜੇਲ੍ਹ 'ਚੋਂ ਕਢਾਇਆ ਸੀ। ਆਹ ਤਾਂ ਇਹ ਵੀ ਸੀਟ ਜਿਹੜੀ ਆ ਇਹਨੂੰ
ਵਿਰਸਾ ਸਿੰਘ ਵਲਟੋਆ ਨੂੰ ਸੀਟ ਨਹੀਂ ਸੀ ਲੈਣੀ ਚਾਹੀਦੀ, ਜੇ ਲੈ ਲਈ ਤਾਂ ਛੱਡ ਦੇਣੀ ਚਾਹੀਦੀ ਸੀ, ਜੇ ਲੈ ਲਈ ਛੱਡ ਦੇਣੀ ਚਾਹੀਦੀ। ਹਾਂ ਜੇ ਮੈਨੂੰ ਕਿਤੇ ਮਿਲ ਜਾਂਦੀ ਤਾਂ ਮੈਂ ਜ਼ਰੂਰ ਛੱਡ ਦੇਣੀ, ਕਿਉਂਕਿ ਉਹ ਜੇਲ੍ਹ 'ਚ ਆਓ ਅਸੀਂ ਤਾਂ ਫਿਰ ਬਣਜਾਂਗੇ। ਤੁਸੀਂ ਮਾਨਸਾ ਵੀ ਬਣਾਂਗੇ ਤਾਂ ਫਿਰ ਕੀ, ਮੈਂ ਤਾਂ 85 'ਚ ਮੁੱਖ ਮੰਤਰੀ ਬਣਦਾ ਜੋਧਪੁਰੋਂ ਜੇਲ੍ਹ 'ਚੋਂ, ਜਦੋਂ ਸੰਤਰ ਝਾਂਸ ਸਿੰਘ ਨੇ ਗਦਾਰੀ ਕੀਤੀ ਆ, ਬਲਵੰਤ ਸਿੰਘ ਨੇ ਕੀਤੀ ਆ, ਬਰਨਾਲੇ ਨੇ ਕੀਤੀ ਆ, ਸਾਡੀ 2 ਮਹੀਨੇ ਮੇਰੀ ਅਤੇ ਸਰਦਾਰ ਹਰਮਿੰਦਰ ਸਿੰਘ ਸੰਧੂ ਸਾਡੀ ਦਿੱਲੀ ਗੱਲ ਚੱਲਦੀ ਰਹੀ। ਹੁਣ ਜੋਧਪੁਰੋਂ ਜੇਲ੍ਹ 'ਚੋਂ ਜਹਾਜ਼ 'ਤੇ ਲੈ ਕੇ ਜਾਂਦੇ, ਝੂਠਾ ਕੇਸ ਪਾ ਕੇ ਲੈ ਕੇ ਜਾਂਦੇ ਸੀ ਅਤੇ ਉੱਥੇ ਗੱਲ ਚੱਲਦੀ ਰਹੀ। ਉਹਨੇ ਇੱਕ ਜ਼ਿਆਦਾ ਕਿਸੇ ਵਿਹਲੇ ਹੋ ਗਿਆ ਜੇ, ਅਤੇ ਮੈਂ ਤੁਹਾਨੂੰ ਸਾਰੀ ਕਹਾਣੀ ਦੱਸਣੀ ਚਾਹੁੰਦਾ, ਤੁਹਾਨੂੰ ਦੱਸੂਗਾ ਵੀ ਮੈਂ ਮੁੱਖ ਮੰਤਰੀ ਦੀ ਕੁਰਸੀ ਛੱਡਤੀ ਸੀ, ਕਾਲ ਤਖ਼ਤ ਢੱਠੇ 'ਤੇ ਕੁਰਸੀ ਨਹੀਂ ਹਟਾਈ, ਅਤੇ ਸੰਤਰ ਝਾਂਸ ਸਿੰਘ ਨੇ ਫੈਸਲਾ ਕਰਕੇ ਅਤੇ ਬਰਨਾਲੇ ਨੇ ਕੁਰਸੀ ਡਾਹ ਲਈ ਸੀ, ਪਤਾ ਜੇ ਕਿ ਨਹੀਂ, ਮੈਂ ਤੁਹਾਡੀ ਉਮਰ ਛੋਟੀ ਹੋਣੀ ਉਦੋਂ। ਇਹ 85 ਦੀ ਗੱਲ ਹੈਗੀ ਆ, ਜੁਲਾਈ ਅਗਸਤ ਦੀ, ਅਤੇ ਮੈਨੂੰ ਫਿਰ 5 ਸਾਲ ਜੇਲ੍ਹ ਕੱਟਣੀ ਪਈ ਜੋਧਪੁਰ ਵਾਲੀ, ਉਸੇ ਕਰਕੇ ਅੜੀ 'ਚ ਆਹ। ਤਾਂ ਇਹ ਗੱਲ ਫਿਰ ਆਪਾਂ ਕੰਟੀਨਿਊ ਕਰਾਂਗੇ ਕਿਸੇ ਖੁੱਲ੍ਹੇ ਟਾਈਮ, ਇਹ ਤੁਸੀਂ ਮੇਰੇ ਨਾਲ ਨਾ ਕਿਤੇ। ਵੈਸੇ ਤੁਹਾਨੂੰ ਉਹ ਸਾਰੀ ਕਹਾਣੀ ਵੈਸੇ ਹੀ ਦਰਬਾਰ ਸਾਹਿਬ ਤੋਂ ਲੈ ਕੇ ਮੋਰਚਾ ਕਿਉਂ ਲੱਗਾ ਅਤੇ ਇਹ ਜੋਧਪੁਰ ਦੀ ਅਤੇ ਮੁੱਖ ਮੰਤਰੀ ਦੀ ਕੁਰਸੀ ਛੱਡਣ ਵਾਲੀ ਗੱਲ ਜਿਹੜੀ ਆ, ਤੁਹਾਨੂੰ ਸਾਰੀ ਖਾਲਸਾ ਪੰਥ ਨੂੰ ਔਰ ਦੁਨੀਆਂ ਨੂੰ ਦੱਸ ਦੇਣੀ ਚਾਹੀਦੀ ਹੈ। ਭਾਈ ਸਾਹਿਬ ਕਿਸ ਤਰੀਕੇ ਨਾਲ ਦੇਖਦੇ ਹੋ ਸਿਮਰਨਜੀਤ ਸਿੰਘ ਮਾਨ ਬਾਰੇ? ਤੁਸੀਂ ਕਿਹਾ ਸੀ ਸੀਟ ਛੱਡੀ ਤਾਂ ਭਾਈ ਸਿਮਰਨਜੀਤ ਸਿੰਘ ਮਾਨ ਜਿਹੜੇ ਜੇਲ੍ਹ 'ਚੋਂ ਨਿਕਲੇ, ਤਾਂ ਉਹੀ ਹਾਲਾਤ ਇਸ ਵਾਰ ਬਣੇ ਹੋਏ ਸੀ ਭਾਈ ਅੰਮ੍ਰਿਤਪਾਲ ਸਿੰਘ ਸੀ ਜਿਹੜੇ, ਤਾਂ ਉਹ ਕਿਸ ਤਰੀਕੇ ਨਾਲ ਦੇਖਦੇ ਹੋ? ਉਹਨਾਂ ਨੇ ਕਿਹਾ ਹੁਣ 15 ਦਿਨ ਰੱਖ ਕੇ ਵਿਖਾਉਣਾ ਤੇਰਾ, ਪਹਿਲਾਂ ਛੱਡਣਾ ਪਊ। ਅੱਛਾ, ਆਹ ਲੈ ਕੇ ਆਵਾਂਗੇ 15 ਦਿਨਾਂ ਤੋਂ ਪਹਿਲਾਂ ਛੱਡਣਾ। ਮੈਂ ਲਓ ਛੱਡਣਾ ਪਊਗਾ ਇਹਨੂੰ, ਉਹ ਤਾਂ ਹੋਰ ਕੀ ਕਸੂਰ ਕੀਤਾ ਉਹਨੇ, ਇੱਕ 307 ਦਾ ਪਰਚਾ ਜਿਹਾ ਹੀ ਆ, ਮੇਰੇ 'ਤੇ ਤਾਂ 20 ਪਰਚੇ ਸੀ। 307 ਦਾ ਕੀ ਪਰਚਾ ਹੁੰਦਾ, ਰੋਜ਼ ਹੀ ਜੱਟਾਂ ਦੀਆਂ ਲੜਾਈਆਂ ਹੁੰਦੀਆਂ ਨੇ ਅਤੇ ਫੈਸਲੇ ਵੀ ਹੋ ਜਾਂਦੇ ਆ, ਐਵੇਂ ਹਊਆ ਹੀ ਬਣਾਇਆ ਨਾ, ਹੋਰ ਤਾਂ ਕੋਈ ਕੇਸ ਨਹੀਂ ਹੈਗਾ। ਸੋ ਉਹ ਨਾ ਵਿਦਡਰਾ ਕਰ ਲੈਣੀ ਆ, ਤੁਹਾਨੂੰ ਪਤਾ ਵੀ ਨਹੀਂ ਲੱਗਣਾ, ਜਦੋਂ ਜੋਧਪੁਰ ਜੇਲ੍ਹ 'ਚੋਂ ਸਾਨੂੰ ਲੈ ਕੇ ਗਏ ਸੀ ਨਾ, ਸਾਨੂੰ ਫਾਂਸੀ ਵਾਲੇ ਗਾਉਣ ਪਾ ਕੇ ਲਗਾਏ ਸੀ, ਇੱਥੋਂ ਤੱਕ ਪਏ ਕਾਲੇ, ਅਤੇ ਜਦੋਂ ਸਾਨੂੰ ਛੱਡਿਆ ਅਤੇ ਸਾਨੂੰ ਰਾਤ ਹੀ ਧੱਕੇ ਮਾਰ ਮਾਰ ਕੇ ਬਾਹਰ ਕੱਢਤਾ, ਸਾਨੂੰ ਅਮੈਰੀਕਾ ਦੀ ਉਮਰ ਸਾਨੂੰ ਛਡਾਇਆ ਸੀ ਅਤੇ ਧੱਕੇ ਮਾਰ ਮਾਰ ਬਾਹਰ ਕੱਢਦਾ ਸੀ, ਆ ਗੱਲ ਕੀ ਹੋਈ ਆ, ਅਸੀਂ ਤੁਹਾਡੀ ਰਿਹਾਈ ਆ ਗਈ ਆ, ਅਸੀਂ ਰਿਹਾਈ ਆ ਗਈ ਤਾਂ ਬੜੀ ਚੰਗੀ ਗੱਲ ਹੋਈ ਆ, ਅਤੇ ਜਹਾਜ਼ 'ਤੇ ਚੜਾਇਆ ਅਤੇ ਸਾਨੂੰ ਆਦਮਪੁਰ ਹਵਾਈ ਅੱਡੇ 'ਤੇ ਲੈ, ਇਹਨੂੰ ਇਸ ਤਰ੍ਹਾਂ ਹੀ ਰਾਤ ਹੀ ਲੈ ਆਉਣਾ, ਤੁਸੀਂ ਵੇਖ ਲਿਆ ਮੇਰੀ ਗੱਲ ਯਾਦ ਰੱਖ ਲਿਆ ਜੀ, ਮੇਰਾ ਬੜਾ ਤਜਰਬਾ। ਤਾਂ ਵਿਰਸਾ ਸਿੰਘ ਵਲਟੋਆ ਕਹਿੰਦੇ ਮੇਰਾ ਬੜਾ ਤਜਰਬਾ, ਕਹਿੰਦੇ ਐਨ ਐੱਸ ਏ ਤਾਂ ਕੋਈ ਸਜ਼ਾ ਹੀ ਨਹੀਂ ਹੈਗੀ, ਕਹਿੰਦੇ ਐੱਨ ਐੱਸ ਏ ਤਾਂ ਮੁੱਕ ਜਾਣੀ ਸੀ, ਕਹਿੰਦੇ ਵੈਸੇ ਹੀ ਕਹਿੰਦੇ ਅੰਮ੍ਰਿਤਪਾਲ ਸਿੰਘ ਨੂੰ ਖੜਾ ਦੇ ਬਾਰੇ, ਮੈਂ ਉਹਦੇ ਬਾਰੇ ਨਹੀਂ, ਵੇਖੋ ਮੈਂ ਮੇਰਾ ਇੱਕ ਸਟੇਟਸ ਆ, ਮੈਂ ਕਿਸੇ ਦੀ ਨਿੱਜੀ ਜ਼ਿੰਦਗੀ ਬਾਰੇ ਜਾਂ ਮੈਂ ਕਦੀ ਨਹੀਂ ਕਹਿੰਦਾ ਕਿਸੇ ਨਾ, ਮੈਂ ਨਹੀਂ ਕਹਿੰਦਾ ਕਿਸੇ ਨੂੰ, ਰਿਜ਼ਲਟ ਸਾਰਿਆਂ ਦੇ ਸਾਹਮਣੇ ਆ, ਆਹ ਤਾਂ ਚਿੱਟੇ ਚਾਨਣ ਵਾਂਗੂ ਆ ਨਾ ਦੁਨੀਆਂ ਦੇ, ਹੁਣ ਕਿਹਨੂੰ ਚੁਣਿਆ ਫਿਰ ਲੋਕਾਂ ਨੇ, ਵਲਟੋਆ ਸਾਹਿਬ ਨੂੰ ਚੁਣਿਆ ਹੈ ਕਿ ਅੰਮ੍ਰਿਤਪਾਲ ਸਿੰਘ ਨੂੰ ਚੁਣਿਆ ਲੋਕਾਂ ਨੇ, ਆਹ ਚੁਣਿਆ ਪਿਆ ਜੀ। ਜਿਹੜਾ ਕਹਿ ਰਹੇ ਸੀ ਵਿਰੋਧੀ ਕਟਾਕਸ਼ ਕਰ ਰਹੇ ਸੀ, ਇਲਜ਼ਾਮ ਲਾ ਰਹੇ ਸੀ, ਤਾਂ ਇਲਜ਼ਾਮਾਂ ਨੂੰ ਛੱਡ ਕੇ ਭਾਈ ਅੰਮ੍ਰਿਤਪਾਲ ਸਿੰਘ 'ਤੇ ਵਿਸ਼ਵਾਸ ਜਿਤਾਇਆ ਖਡੂਰ ਸਾਹਿਬ ਨੇ? ਬਿਲਕੁਲ ਜਿਤਾਇਆ, ਇੱਕ ਮੈਂ ਗੱਲ ਨੌਜਵਾਨਾਂ ਨੂੰ ਕਹਿਣੀ ਚਾਹੁੰਦਾ ਵੀ ਜੋਸ਼ ਨਾਲ ਹੋਸ਼ ਰੱਖਿਆ ਜੇ, ਜਦੋਂ ਮੈਂ ਜੇਲ੍ਹ 'ਚੋਂ ਆਇਆ ਉਦੋਂ ਹੋਸ਼ ਨਹੀਂ ਸੀ ਹੈਗੀ, ਉਦੋਂ ਮੈਂ ਸਮਝਾਉਂਦਾ ਰਿਹਾ ਸਾਰਿਆਂ ਨੂੰ, ਪਰ ਮੇਰੇ ਆਖੇ ਨਹੀਂ ਲੱਗਦੇ, ਬਾਈਕਾਟ ਵੇਰ ਕੇ ਕਰਾਤਾ ਇਹ 4 ਜਥੇਬੰਦੀਆਂ ਨੇ ਅਤੇ ਸਾਡਾ ਰਾਜ ਭਾਗ ਜਾਂਦਾ ਰਿਹਾ, ਫਿਰ ਬਾਅਦ 'ਚ ਦੁਬਾਰਾ ਨਹੀਂ ਜੇ ਆਇਆ, ਦੁਬਾਰਾ ਨਹੀਂ ਆਇਆ, ਇੱਧਰ ਆਓ ਉੱਥੇ ਮਗਰ ਇੱਧਰ ਆਓ, ਮਗਰੋਂ ਦੁਬਾਰਾ ਰਾਜ ਭਾਗ ਨਹੀਂ ਜਾਇਆ, ਇਹਨਾਂ ਬੰਦਿਆਂ ਨੇ ਨਾਲ ਕੁੱਟ ਖਾਧੀ ਜਾ ਜਿਹੜੇ ਫਿਰਦੇ ਤੁਰੇ, ਔਰ ਉਦੋਂ ਮਾਣੋ ਚਾਲ ਨੇ ਇਹ ਗੱਲ ਕਹੀ ਸੀ ਵੀ ਬਾਈਕਾਟ ਨਾ ਕਰਿਆ ਜੇ, ਸਾਡੇ ਮੌਤ ਦੇ ਵਰੰਟਾਂ ਦੇ ਸਹੀ ਨੂੰ ਹੋਣਗੇ ਅਤੇ ਤੁਸਾਂ ਸਿਆਸੀ ਤੌਰ 'ਤੇ ਖਤਮ ਹੋ ਜਾਣਾ, ਔਰ ਉਹ ਗੱਲ ਹੀ ਹੋਈ ਬਾਈਕਾਟ ਕਰਕੇ, ਔਰ ਜਿੰਨਾ ਮਗਰੋਂ ਬਲੱਡ ਸ਼ੱਡ ਅਤੇ ਨੌਜਵਾਨ ਮਾਰੇ ਗਏ ਆ, ਉਹ ਜਿਹੜਾ ਬਾਈਕਾਟ ਦਾ ਗਲਤ ਫੈਸਲਾ ਲਿਆ ਸੀ ਉਹਦੇ ਕਰਕੇ ਮਾਰੇ ਗਏ। ਅੱਜ ਮੈਂ ਨੌਜਵਾਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਵੱਡੀ ਜਿੱਤ ਹੋਈ ਆ,
ਇਹ ਖਾਲਸਾ ਪੰਥ ਦੀ ਜਿੱਤ ਆ, ਇਕੱਲੇ ਨਾ ਮੇਰੀ ਆ ਨਾ ਇਹਨਾਂ ਦੀ ਆ, ਨਾ ਇਹ ਖਾਲਸਾ ਇਹਨਾਂ ਨੌਜਵਾਨਾਂ ਦੀ ਜਿੱਤ ਆ। ਲੇਕਿਨ ਨਾਰਾ ਨਾ ਗਲਤ ਲਾਇਆ ਜੀ, ਕੋਈ ਨਾਰਾ ਨਾ ਕੋਈ ਗਲਤ ਲਾਇਆ ਜੀ, ਕਿਉਂਕਿ ਜੇ ਨਾਰਾ ਗਲਤ ਲਾਓਗੇ ਤਾਂ ਉਹ ਤਾਂ ਅੱਗੇ ਆਉਂਦੇ ਆ ਵੀ ਅੱਤਵਾਦ ਆ ਜਾਣਾ। ਸਾਡਾ ਧਰਮ ਸਾਂਝੀਵਾਲਤਾ ਦਾ ਧਰਮ ਆ, ਇੱਥੇ ਸਾਨੂੰ ਹਿੰਦੂਆਂ ਨੇ ਵੋਟਾਂ ਵੀ ਪਾਈਆਂ ਨੇ, ਮੁਸਲਮਾਨਾਂ ਪਾਈਆਂ, ਈਸਾਈਆਂ ਵੀ ਪਾਈਆਂ, ਸਿੱਖਾਂ ਨੇ ਤਾਂ ਪਾਉਣੀਆਂ ਪਾਉਣੀਆਂ। ਇਸ ਕਰਕੇ ਅਸੀਂ ਕਿਸੇ ਨੂੰ ਡਰਾਉਣਾ ਨਹੀਂ ਚਾਹੁੰਦੇ, ਕੋਈ ਇੱਥੇ ਅੱਤਵਾਦ ਨਹੀਂ ਲਿਆਉਣਾ ਚਾਹੁੰਦੇ। ਇੱਥੇ ਅਸੀਂ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਜਿਹੜਾ ਉਹ ਅਸੀਂ ਇੱਥੇ ਐਸਟੈਬਲਿਸ਼ ਕਰਨਾ ਚਾਹੁੰਦੇ, ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਜਿਹੜੇ ਸਾਰੇ ਧਰਮਾਂ ਦੇ ਲੋਕ। ਪੰਥਕ ਰਾਜਨੀਤੀ ਆ ਜਿਹੜੀ ਨਵੀਂ ਕਰਵਟ ਲਊਗੀ ਫਿਰ ਇਸ ਵਾਰ, ਕਿਉਂਕਿ ਅਕਾਲੀ ਦਲ ਕਲੇਮ ਕਰਦਾ ਰਿਹਾ ਤਾਂ ਅਕਾਲੀ ਦਲ ਆ ਜਿਹੜਾ ਲਗਾਤਾਰ ਕਲੇਮ ਕਰਦਾ ਰਿਹਾ, ਕਹਿੰਦੇ ਪੰਥਕ ਅਸੀਂ ਪੰਥਕ ਆ, ਤਾਂ ਹੁਣ ਪੰਥਕ ਰਾਜਨੀਤੀ ਦਾ ਮਿਆਰ ਬਦਲੂਗਾ, ਕਰਵਟ ਲਊਗੀ ਪੰਥਕ ਰਾਜਨੀਤੀ। ਅਸਲੀ ਪੰਥਾ ਹੈ ਉਹ ਪੰਥ ਨੇ ਹੀ, ਉਹਦੇ ਪੰਥ ਦਾ ਮਖੌਟਾ ਪਾਇਆ ਹੈ ਗੁਰਬਾਣੀ ਆਦੀ। ਉੱਧੜ ਗਿਆ ਜਦ ਖੋਟਾ ਢਬੂਆ ਨਦਰ ਸਰਾਪਾ ਆਇਆ, ਗੁਰਬਾਣੀ ਦਾ ਪਤਾ ਜੀ ਕਿ ਨਹੀਂ। ਅੱਜ ਉਹਨਾਂ ਦਾ ਅਸਲੀ ਚਿਹਰਾ ਨੰਗਾ ਆ ਗਿਆ, ਅਸਲੀ ਪੰਥ ਤਾਂ ਹਾਂ ਫਿਰਦਾ ਤੁਰਿਆ ਸਰਾ, ਆਹ ਅਸਲੀ ਪੰਥ ਜੇ, ਆਹ ਅਸਲੀ ਪੰਥ। ਸਮਾਂ ਦੇਣ ਲਈ ਧੰਨਵਾਦ, ਥੈਂਕ ਯੂ, ਥੈਂਕ ਯੂ। ਇਹ ਸੀ ਭਾਈ ਮਨਜੀਤ ਸਿੰਘ ਜਿਹੜੇ ਕਹਿ ਰਹੇ ਨੇ ਭਾਈ ਅੰਮ੍ਰਿਤਪਾਲ ਸਿੰਘ ਦੀ ਜਿਹੜੀ ਜਿੱਤ ਹੋਈ ਆ ਉਹਦੇ ਉੱਪਰ ਇਹਨਾਂ ਨੇ ਆਪਣੀ ਖੁਸ਼ੀ ਆ ਜਿਹੜੀ ਜ਼ਾਹਿਰ ਕੀਤੀ ਆ, ਅਤੇ ਨੌਜਵਾਨਾਂ ਨੂੰ ਵੀ ਖਾਸ ਤੌਰ 'ਤੇ ਅਪੀਲ ਕੀਤੀ ਆ। ਕੈਮਰਾ ਪਰਸਨ ਦਲਜੀਤ ਦੇ ਨਾਲ ਮੈਂ ਰਾਜਵੀਰ ਸਿੰਘ, ਪ੍ਰੋ ਪੰਜਾਬ ਟੀਵੀ, ਸ਼੍ਰੀ ਤਰਨ ਤਾਰਨ ਸਾਹਿਬ।